subscribe to our youtube channel press the bell icon to get the latest updates anusuchit jaatiyan layi kaumi commission ne chairman vijay sapla de aadeshan te punjab sarkar de cabinet mantri lalchak kataru chak uppar lagaye ਜਿਨਸੀ ਸ਼ੋਸ਼ਣਾ ਦੇ ਦੋਸ਼ਾਂ ਦੇ ਮਾਮਲਿਆਂ ਦੇ ਵਿੱਚ ਸਰਕਾਰ ਦੇ ਅਧਿਕਾਰੀਆਂ ਨੂੰ ਤੀਜਾ ਨੋਟਿਸ ਜਾਰੀ ਕੀਤਾ ਹੈ ਕਿਉਂਕਿ ਰਾਜ ਸਰਕਾਰ ਦੋ ਅਗਾਊ ਨੋਟਿਸਾਂ ਦੇ ਬਾਵਜੂਦ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਵਿੱਚ ਅਸਫਲ ਰਹੀ ਹੈ ਤੀਸਰੇ ਨੋਟਿਸ ਦੇ ਵਿੱਚ ਐਨਸੀਐਸਸੀ ਨੇ ਰਾਜ ਸਰਕਾਰ ਦੇ ਮੁਖ ਸਕੱਤਰ ਡਾਇਰੈਕਟਰ ਜਰਨਲ ਅਤੇ ਪੁਲਿਸ ਅਤੇ ਡੀਆਈਜੀ ਬਾਰਡਰ ਰੇਂ ਅੰਮ੍ਰਿਤਸਰ ਨੂੰ ਨਿਰਦੇਸ਼ ਦਿੱਤੇ ਨੇ ਕਿ ਤੁਰੰਤ ਪੀੜਤ ਦੇ ਬਿਆਨ ਵੀਡੀਓ ਕਾਨਫਰੰਸ ਰਾਹੀਂ ਜਾਂ ਦਿੱਲੀ ਵਿੱਚ ਵਿਅਕਤੀਗਤ ਤੌਰ ਤੇ ਰਿਕਾਰਡ ਕਰੇ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਕਰੇ ਅਤੇ 12 ਜੂਨ ਤੱਕ ਕਾਰਵਾਈ ਦੀ ਰਿਪੋਰਟ ਪੇਸ਼ ਕੀਤੀ ਜਾਵੇ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਸੀਨੀਅਰ ਆਗੂਆਂ ਦਾ ਤੁਸੀਂ ਵੀ ਸੁਣ ਲਵੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੈਤਿਕਤਾ ਬਿੱਲੀ ਤੋਂ ਬਾ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੈ ਸਮਾਜਿਕ ਵਿਸ਼ ਪ੍ਰੋਸਿਆ ਜਾ ਰਿਹਾ ਹੈ ਅਨੈਤਿਕਤਾ ਦੀ ਪ੍ਰਕਾਸ਼ਟਾ ਹੋ ਗਈ ਔਰ ਉਹ ਵੀ ਕੌਣ ਕਰ ਰਿਹਾ ਹੈ ਪੰਜਾਬ ਸਰਕਾਰ ਦਾ ਮੰਤਰੀ ਮੈਂ ਆਮ ਆਦਮੀ ਪਾਰਟੀ ਭਗਵੰਤ ਮਾਨ ਔਰ ਕੇਜਰੀਵਾਲ ਸਾਹਮਣੂ ਪੁੱਛਣਾ ਚਾਹਨਾ ਇਹ ਸਾਫ ਛਵੀ ਦੇ ਤੁਹਾਡੇ ਕੈਂਡੀਡੇਟ ਨੇ ਇਹ ਸਾਫ ਛਵੀ ਦੇ ਤੁਹਾਡੇ ਮੰਤਰੀ ਨੇ ਦੋ ਮੰਤਰੀ ਤੁਸੀਂ ਪਰਸੋ ਬਦਲੇ ਲੇਕਿਨ ਗਵਰਨਰ ਨੇ ਤੁਹਾਨੂੰ ਵੀਡੀਓ ਭੇਜਿਆ ਉਹ ਸੈਕਿੰਡ ਟਾਈਮ ਭੇਜਿਆ ਦੇਸ਼ ਦੀ ਇੰਸਟੀਚੂਨਲ ਜਿਹੜੀ ਆ ਉਹ ਬਹੁਤ ਵੱਡਾ एससी कमीशन ਉਸ انسٹیਚੂਟ ਨਮੀਤਨ ਲਿਖ ਕੇ ਭੇਜਿਆ ਵੀ ਤੀਜੀ ਵਰੀ ਨੋਟਿਸ ਭੇਜਿਆ ਕਿ ਦੱਸੋ ਇੱਕ ਦਲਿਤ ਬੱਚੇ ਦੇ ਨਾਲ ਜਿਸ ਤਰ੍ਹਾਂ ਅਨੈਤਿਕਤਾ ਕੀਤੀ ਗਈ ਹੈ ਔਰ ਉਹਨੂੰ ਨੌਕਰੀ ਦਾ ਲਾਲਚ ਦੇ ਕੇ ਕੀਤੀ ਕਿ ਮੰਤਰੀ ਪਦ ਤੇ ਬੈਠਾ ਹੋਇਆ ਵਿਅਕਤੀ ਸਮਾਜਿਕ ਅਸ਼ਿਸ਼ਟਾਚਾਰ ਦੀਆਂ ਹੱਦਾਂ ਪਾਰ ਕਰ ਰਿਹਾ ਹੈ ਨੈਤਿਕਤਾ ਦੀਆਂ ਧੱਜੀਆਂ ਉਡਾ ਰਿਹਾ ਹੈ ਇਹ ਪੰਜਾਬ ਨੂੰ ਸਮਾਜਿਕ ਪਤਨ ਵੱਲ ਅਸੀਂ ਲੈ ਕੇ ਰਿਆਂ ਇਹ ਨਾਲ ਪੰਜਾਬ ਦੇ ਨੌਜਵਾਨਾਂ ਤੇ ਪੰਜਾਬ ਦੇ ਪਰਿਵਾਰਾਂ ਤੇ ਬਹੁਤ ਭੈੜਾ ਅਸਰ ਪੈ ਰਿਹਾ ਔਰ ਗਵਰਨਰ ਸਾਹਿਬ ਨੇ ਕਿ ਸੈਕਿੰਡ ਟਾਈਮ ਮੁੱਖ ਮੰਤਰੀ ਨੂੰ ਲੈਟਰ ਲਿਖਿਆ ਲੇਕਿਨ ਗੁੰਗੀ ਬਹਿਰੀ ਕੁੰਭ ਕਰਨ ਦੀ ਨੀਂਦ ਚ ਸੁੱਤੀ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਚੁੱਪ ਕਰਕੇ ਬੈਠੀ ਹੈ ਮਚਲੀ ਹੋ ਕੇ ਬੈਠੀ ਹੈ ਔਰ ਸੋ ਕਾਲਡ ਪੋਲਿਟਿਕਸ ਦੇ ਅੰਦਰ ਵੱਡੀਆਂ-ਵੱਡੀਆਂ ਨੈਤਿਕਤਾ ਦੀਆਂ ਗੱਲਾਂ ਕਰਨ ਵਾਲੇ ਕੇਜਰੀਵਾਲ ਸਾਹਿਬ ਵੀ ਗਹਿਰੀ ਨੀਂਦ ਰਾਜ ਸੁਤੇ ਨੇ ਕੋਈ ਅਰਥ ਤੇ ਟਿੱਪਣੀ ਨਹੀਂ ਕਰ ਰਿਹਾ ਕੋਈ ਬੋਲ ਨਹੀਂ ਰਿਹਾ ਔਰ ਪੰਜਾਬ ਦੇ ਅੰਦਰ ਲੋਕ ਗਲੀ-ਗਲੀ ਬਾਜ਼ਾਰ-ਬਾਜ਼ਾਰ 'ਚ ਮਹੱਲਿਆਂ 'ਚ ਸਕੂਲਾਂ ਕਾਲਜਾਂ 'ਚ ਇਸ ਦੇ ਚੁਟਕਲੇ ਸੁਣਾ ਰਹੇ ਨੇ ਔਰ ਪੰਜਾਬ ਦੇ ਵਿੱਚ ਇੱਕ ਮੰਤਰੀ ਦੀ ਐਡੀ ਵੱਡੀ ਅਨੈਤਿਕਤਾ ਪੰਜਾਬ ਦੇ ਸਮਾਜਿਕ ਟਾਂਚੇ ਨੂੰ ਪੰਜਾਬ ਦੇ ਨੌਜਵਾਨਾਂ ਤੇ ਪੂਰਾ ਅਸਰ ਪਾਇਆ